ਖਬਰ ਗੜਸ਼ੰਕਰ ਤੋਂ ਹੈ ਜਿੱਥੇ ਕਿ ਗੜਸ਼ੰਕਰ ਦੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਇੱਕ ਵਿਅਕਤੀ ਨੂੰ ਚੋਰੀ ਅਤੇ 15 ਮੋਟਰਸਾਈਕਲਾਂ ਅਤੇ ਨਸ਼ੀਲੇ ਟੀਕਿਆਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਗੱਲਬਾਤ ਕਰਦਿਆਂ ਥਾਣਾ ਗੜਸ਼ੰਕਰ ਦੇ SHO ਬਲਜਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਫਸਰਾਂ ਦੀਆਂ ਹਦਾਇਤਾਂ ਅਤੇ ਮਾੜੇ ਅਨਸਰਾਂ ਖਿਲਾਫ਼ ਆਰੰਭੀ ਗਈ ਮੁਹਿੰਮ ਦੇ ਤਹਿਤ ਸਬ ਇੰਸਪੈਕਟਰ ਰਕੇਸ਼ ਕੁਮਾਰ ਵੱਲੋਂ ਪਾਰਟੀ ਸਮੇਤ ਪਿੰਡ ਇਬਰਾਹਿਮ ਲਾਗੇ ਨਾਕਾਬੰਦੀ ਦੌਰਾਨ ਇੱਕ ਮੋਟਰਸਾਈਕਲ ਸਵਾਰ ਸ਼ੱਕੀ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਦੌਰਾਨੇ ਤਲਾਸ਼ੀ ਉਸ ਪਾਸੋਂ 14 ਟੀਕੇ ਬਰਾਮਦ ਹੋਏ। ਕਾਬੂ ਕੀਤੇ ਦੋਸ਼ੀ ਦੀ ਪਹਿਚਾਣ ਵਿਕਰਮ ਪੁੱਤਰ ਰਤਨ ਲਾਲ ਵਾਸੀ ਸੈਦਪੁਰ ਥਾਣਾ ਚੱਬੇਵਾਲ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਕੀਤੀ ਪੁੱਛਗਿੱਛ ਦੌਰਾਨ ਦੋਸ਼ੀ ਪਾਸੋਂ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ 15 ਮੋਟਰਸਾਈਕਲ ਵੀ ਬਰਾਮਦ ਕੀਤੇ। ਥਾਣਾ ਮੁਖੀ ਬਲਜਿੰਦਰ ਸਿੰਘ ਮੁਤਾਬਕ ਪੁਲਿਸ ਉਕਤ ਦੋਸ਼ੀ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਹੋਰ ਵੀ ਵੱਡੇ ਖੁਲਾਸੇ ਹੋ ਸਕਣ। ਮਿਤੀ 18/1/2024 ਨੂੰ SI ਰਕੇਸ਼ ਕੁਮਾਰ ਨੇ ਨਾਕਾਬੰਦੀ ਕੀਤੀ ਸੀਗੀ। ਨਾਕਾਬੰਦੀ 'ਤੇ ਇੱਕ ਨੌਜਵਾਨ ਸੀਗਾ ਜਿਹੜਾ ਕਿ ਜਾਮਾ ਮੋਟਰਸਾਈਕਲ 'ਤੇ ਆ ਰਿਹਾ ਸੀ। ਜਦੋਂ ਉਹਨੇ ਰੋਕਿਆ ਤਾਂ ਉਹਦੇ ਕੋਲੋਂ 14 ਇੰਜੈਕਸ਼ਨ ਮਿਲੇ ਅਤੇ ਇੱਕ ਮੋਟਰਸਾਈਕਲ ਜਾਮਾ ਜਿਹੜਾ ਸੀ ਉਹ ਵੀ ਚੋਰੀ 'ਤੇ ਮਿਲਿਆ। ਇਸ ਦੋਸ਼ੀ ਦਾ ਨਾਮ ਹੈ ਵਿਕਰਮ 21 ਸਨ ਆਫ ਰਤਨ ਚੰਦ ਵਾਸੀ ਸੈਦਪੁਰ ਥਾਣਾ ਚੱਬੇਵਾਲ। ਇਹਦੇ ਖਿਲਾਫ਼ ਪਹਿਲੇ ਮੁਕੱਦਮੇ ਦਰਜ ਨੇ ਚੋਰੀ ਦੇ ਅਤੇ ਜਦੋਂ ਉਹਨੇ ਪੁੱਛਗਿੱਛ ਕੀਤੀ ਦੌਰਾਨੇ ਪੁੱਛਗਿੱਛ 14 ਮੋਟਰਸਾਈਕਲ ਹੋਰ ਮੰਨੇ ਗਏ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਆ। ਕੁਝ ਮੋਟਰਸਾਈਕਲ ਇਹਨੇ ਹੁਸ਼ਿਆਰਪੁਰ ਤੋਂ ਚੋਰੀ ਕੀਤੇ 8-7 ਮੋਟਰਸਾਈਕਲ ਉੱਥੋਂ ਚੱਬੇਵਾਲ ਏਰੀਏ 'ਚੋਂ ਨਵਾਂ ਸ਼ਹਿਰ ਏਰੀਏ ਦੇ ਵਿੱਚੋਂ ਵੀ ਕੀਤੇ ਚੋਰੀ ਜਨ ਅਤੇ ਭੁੰਗਰਨੀ ਸਾਈਡ ਤੋਂ ਵੀ ਚੋਰੀ ਇਹਨੇ ਕੀਤੇ ਜਿਹਦਾ ਪੁਲਿਸ ਰਿਮਾਂਡ ਲੈ ਕੇ ਇਹਨੂੰ ਹੋਰ ਦੇ ਕੋਈ ਪੁੱਛਗਿੱਛ ਕੀਤੀ ਜਾਊਗੀ ਅਤੇ ਹੋਰ ਰਿਕਵਰੀ ਕੀਤੀ ਜਾਊਗੀ।